ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਛੋਲਿਆਂ ਦੀ ਦਾਲ ਦਲੀ ਹੋਈ ਆ ਦੇਖੋ ਜੀ ਆਪਾਂ ਇੱਕ ਕਟੋਰੀ ਛੋਲੇ ਦੀ ਦਾਲ ਲਈ ਇਹਨੂੰ ਧੋ ਕੇ ਚੰਗੀ ਤਰ੍ਹਾਂ ਭਿਉਂ ਕੇ ਰੱਖਿਆ ਹੋਇਆ ਸੀ ਤੇ ਇਹ ਦੇਖੋ ਮਸਾਲੇ ਟਮਾਟਰ ਲੈ ਤੜਕੇ ਵਾਸਤੇ ਤਿੰਨ ਇਹ ਲੈ ਸਾਬਤ ਮਸਾਲੇ ਸਾਬਤ ਧਨੀਆ ਸਾਬਤ ਜੀਰਾ ਸਾਬਤ ਰਾਈ ਦਾਣਾ ਸਾਬਤ ਮਿਰਚ ਇਹ ਦੇਖੋ ਜੀ ਅਦਰਕ ਲਿਆ ਤੜਕੇ ਵਾਸਤੇ ਪਿਆਜ਼ ਲੈ ਧਨੀਆ ਲਿਆ ਇਹ ਗਰਮ ਮਸਾਲੇ ਇਹ ਧਨੀਆ ਪਾਊਡਰ ਗਰਮ ਮਸਾਲਾ ਹਲਦੀ ਅਤੇ ਲੂਣ ਅਤੇ ਲਾਲ ਮਿਰਚ ਅਤੇ ਹਿੰਗ ਤੜਕੇ ਵਾਸਤੇ ਅਤੇ ਇਹ ਦੇਖੋ ਅਦਰਕ ਅਤੇ ਲਸਣ ਦਾ ਪੇਸਟ ਇਹ ਮੈਂ ਚੋਪਰ ਵਿੱਚ ਕਰ ਲਿਆ ਸੀ ਅਤੇ ਹੁਣ ਆਪਾਂ ਪਾਵਾਂਗੇ ਦਾਲ ਕੁੱਕਰ ਵਿੱਚ ਦੇਖੋ ਜੀ ਦਾਲ ਆਪਾਂ ਪਾ ਲਈ ਹੁਣ ਆਪਾਂ ਪਾਵਾਂਗੇ ਵਿੱਚ ਨਮਕ ਅਤੇ ਹਲਦੀ ਆਪਾਂ ਨਾਲ ਹੀ ਪਾ ਦਾਂਗੇ ਇਹ ਦੇਖੋ ਨਮਕ ਹਲਦੀ ਨਾਲ ਹੀ ਆਪਾਂ ਦੇਸੀ ਘਿਓ ਦਾ ਇੱਕ ਚਮਚਾ ਪਾ ਦਾਂਗੇ ਹੁਣ ਆਪਾਂ ਕੁੱਕਰ ਨੂੰ ਕਰ ਦਾਂਗੇ ਬੰਦ ਸਾਡੀ 9 ਸੀਟੀਆਂ 'ਚ ਦਾਲ ਬਣ ਜਾਣੀ ਹੈ ਉੱਧਰ ਆਪਾਂ ਤੜਕੇ ਦਾ ਸਮਾਨ ਤਿਆਰ ਦੇਖੋ ਜੀ ਆਪਣੀ ਕੜਾਹੀ ਗਰਮ ਹੋ ਗਈ ਆਪਾਂ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਹੁਣ ਆਪਾਂ ਤੇਲ ਨੂੰ ਥੋੜ੍ਹਾ ਗਰਮ ਹੋਣ ਦੇਵਾਂਗੇ ਦੇਖੋ ਜੀ ਆਪਣਾ ਤੇਲ ਹੋ ਗਿਆ ਗਰਮ ਹੁਣ ਆਪਾਂ ਤੇਲ 'ਚ ਪਾਵਾਂਗੇ ਵਿੱਚ ਇਹ ਪਾਵਾਂਗੇ ਆਪਾਂ ਸਾਬਤ ਮਸਾਲੇ ਧਨੀਆ ਸਾਬਤ ਜੀਰਾ ਸਾਬਤ ਅਤੇ ਰਾਈ ਦਾਣਾ ਸਾਬਤ ਨਾਲ ਹੀ ਆਪਾਂ ਪਾ ਦੇਵਾਂਗੇ ਹਿੰਗ ਹੁਣ ਆਪਾਂ ਤੜਕੇ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਤੇਲ ਵਿੱਚ ਪਾਵਾਂਗੇ ਭੁੱਜ ਗਿਆ ਹੁਣ ਆਪਾਂ ਪਾਵਾਂਗੇ ਵਿੱਚ ਲਸਣ ਅਤੇ ਹਰੀ ਮਿਰਚ ਦਾ ਤੇਲ ਪਾਵਾਂਗੇ ਨਾਲ ਹੀ ਹੁਣ ਪਿਆਜ਼ ਲਸਣ ਅਤੇ ਹਰੀ ਮਿਰਚ ਸਾਡੀ ਭੁੱਜ ਗਈ ਨਾਲ ਹੀ ਆਪਾਂ ਪਾਵਾਂਗੇ ਪੀਸਿਆ ਹੋਇਆ ਅਦਰਕ ਲਓ ਜੀ ਅਦਰਕ ਸਾਡਾ ਹੋ ਗਿਆ ਆਪਾਂ ਹੁਣ ਪਾਵਾਂਗੇ ਨਾਲ ਹੀ ਪਿਆਜ਼ ਹੁਣ ਪਿਆਜ਼ ਨੂੰ ਚੰਗੀ ਤਰ੍ਹਾਂ ਆਪਾਂ ਬਰਾਉਨ ਕਰਾਂਗੇ ਫਿਰ ਆਪਾਂ ਟਮਾਟਰ ਪਾਵਾਂਗੇ ਤੜਕਾ ਆਪਣਾ ਬਰਾਉਨ ਹੋ ਗਿਆ ਚੰਗੀ ਤਰ੍ਹਾਂ ਪੱਕ ਗਿਆ ਆਪਾਂ ਹੁਣ ਪਾਵਾਂਗੇ ਵਿੱਚ ਟਮਾਟਰ ਆਪਾਂ ਨਾਲ ਹੀ ਪਾਵਾਂਗੇ ਮਸਾਲੇ ਆਹ ਦੇਖੋ ਜੀ ਲਾਲ ਮਿਰਚ ਗਰਮ ਮਸਾਲਾ ਧਨੀਆ ਪਾਊਡਰ ਹੁਣ ਆਪਾਂ ਚੰਗੀ ਤਰ੍ਹਾਂ ਮਸਾਲੇ ਨੂੰ ਪਕਾਵਾਂਗੇ ਟਮਾਟਰਾਂ ਨੂੰ ਵੀ ਪਕਾਵਾਂਗੇ ਜਿਹਦੇ ਤੱਕ ਕੜਾਹੀ 'ਚ ਟਮਾਟਰ ਤੜਕਾ ਸਾਡਾ ਤੇਲ ਵੀ ਛੱਡ ਗਿਆ ਕਿਉਂਕਿ ਸਾਡਾ ਤੜਕਾ ਹੋ ਗਿਆ ਤਿਆਰ ਵਧੀਆ ਤਰ੍ਹਾਂ ਆਪਾਂ ਹੁਣ ਪਾਵਾਂਗੇ ਵਿੱਚ ਦਾਲ ਦਾਲ 'ਚ ਪਾਵਾਂਗੇ ਥੋੜ੍ਹਾ ਜਿਹਾ ਧਨੀਆ ਦੇਖੋ ਜੀ ਸਾਡੀ ਦਾਲ ਛੋਲਿਆਂ ਦੀ ਦਾਲ ਬਣ ਕੇ ਬਿਲਕੁਲ ਤਿਆਰ ਹੋ ਗਈ ਦੇਖੋ ਜੀ ਆਪਣੀ ਚਨਿਆਂ ਦੀ ਦਾਲ ਗਲੀ ਹੋਈ ਬਣ ਕੇ ਤਿਆਰ ਹੋ ਗਈ ਹੈ ਅਤੇ ਤੁਸੀਂ ਵੀ ਇਸੇ ਤਰ੍ਹਾਂ ਹੀ ਬਣਾਉਣੀ ਅਤੇ ਬਣਾ ਕੇ ਖਾਣੀ ਅਤੇ ਸਾਰਿਆਂ ਨਾਲ ਸ਼ੇਅਰ ਕਰਨੀ ਅਤੇ ਸਾਨੂੰ ਕਮੈਂਟ ਕਰਕੇ ਦੱਸਣਾ ਕਿ ਦਾਲ ਕੈਸੀ ਬਣੀ ਹੈ ਬਾਕੀ ਸਾਡੀ ਵੀਡੀਓ ਨੂੰ ਤੁਸੀਂ ਲਾਈਕ ਕਰਨਾ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ